ਅਫਸਰਾਂ ਨਾਲ ਬੈਠਕ ਚੱਲ ਰਹੀ ਹੈ, ਤਸਵੀਰਾਂ ਵੀ ਸਾਂਝੀਆਂ ਕਰ ਰਹੇ ਤੁਹਾਨੂੰ, ਅਤੇ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਇਹ ਚਰਚਾ ਕੀਤੀ ਜਾ ਰਹੀ ਹੈ। ਫਿਲਹਾਲ ਲਗਾਤਾਰ ਤਸਵੀਰਾਂ ਤੁਹਾਨੂੰ ਅਸੀਂ ਵਿਖਾ ਰਹੇ ਹਾਂ, ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਓਪੀ ਸੋਨੀ ਅਤੇ ਹੋਰ ਸਿੱਖਿਆ ਵਿਭਾਗ ਦੇ ਹੋਰ ਅਧਿਕਾਰੀ ਵੀ ਉਹਨਾਂ ਦੇ ਨਾਲ ਮੌਜੂਦ ਨੇ। ਬੈਠਕ ਚੱਲ ਰਹੀ ਹੈ ਅਤੇ ਮੰਥਨ 'ਚ ਹੁਣ ਕੀ ਕੁਛ ਨਿਕਲ ਕੇ ਸਾਹਮਣੇ ਆਉਣ ਵਾਲਾ ਇਹ ਵੇਖਣਾ ਹੋਵੇਗਾ। ਪਰ ਕਿਹਾ ਜਾ ਰਿਹਾ ਹੈ ਕਿ ਉੱਚਾ ਪੱਧਰ ਚੁੱਕਣ ਲਈ ਇਹ ਬੈਠਕ ਕਾਫੀ ਖਾਸ ਮੰਨੀ ਜਾ ਰਹੀ ਹੈ। ਜਿਹੜੀ ਸਿੱਖਿਆ ਦੀ ਕੁਆਲਿਟੀ ਹੈ ਉਹ ਹੋਰ ਵਧੀਆ ਹੋਵੇ ਸਰਕਾਰੀ ਸਕੂਲਾਂ 'ਚ, ਉਹਦੇ 'ਚ ਕਿਸ ਤਰੀਕੇ ਦੇ ਨਾਲ ਸੁਧਾਰ ਹੋ ਸਕਦੇ ਨੇ, ਇਸ ਬਾਰੇ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਪੱਧਰੀ ਆਫਿਸਰ ਸਾਹਿਬਾਨ ਮੌਕੇ 'ਤੇ ਮੌਜੂਦ ਨੇ, ਦੇਖ ਰਹੇ ਹੋ ਤੁਸੀਂ ਤਸਵੀਰਾਂ, ਅਤੇ ਸਿੱਖਿਆ ਮੰਤਰੀ ਓਪੀ ਸੋਨੀ ਵੀ ਇਹਨਾਂ ਦੇ ਨਾਲ ਮੀਟਿੰਗ ਕਰਦੇ ਨਜ਼ਰ ਆ ਰਹੇ ਨੇ। ਅਤੇ ਫਿਲਹਾਲ ਤਾਜ਼ਾ ਅਪਡੇਟ ਵੀ ਤੁਹਾਨੂੰ ਦੱਸ ਦਿੰਦੇ ਹਾਂ, ਹੁਣੇ ਹੁਣੇ ਖਬਰ ਆ ਰਹੀ ਹੈ ਇਹ ਮੀਟਿੰਗ ਫਿਲਹਾਲ ਮੁਕੰਮਲ ਹੋ ਚੁੱਕੀ ਹੈ। ਵਿਨੀਤ ਵੀ ਸਾਡੇ ਪੱਤਰਕਾਰ ਜੁੜ ਚੁੱਕੇ ਨੇ। ਵਿਨੀਤ, ਤਾਜ਼ਾ ਅਪਡੇਟ ਇਹ ਹੈ ਕਿ ਹੁਣੇ ਹੁਣੇ ਇਹ ਮੀਟਿੰਗ ਸਿਰੇ ਚੜ੍ਹੀ ਹੈ, ਕੀ ਕੁਛ ਖਾਸ ਰਿਹਾ ਹੈ? ਦੇਖੋ, ਮੈਂ ਉਸ ਮੀਟਿੰਗ ਦੇ ਅੰਦਰ ਹੀ ਮੌਜੂਦ ਸੀ। ਮੀਟਿੰਗ ਦੇ ਅੰਦਰ ਕਈ ਪਹਿਲੂਆਂ ਦੇ ਉੱਪਰ ਚਰਚਾ ਹੋਈ ਹੈ। ਸਿੱਧੇ ਤੌਰ ਤੇ ਡੀਸੀਸ ਜਿਹੜੇ ਡੀਓਜ਼ ਨੇ ਉਹਨਾਂ ਨਾਲ ਬੈਠਕ ਕੀਤੀ ਗਈ ਸੀ, ਔਰ ਸਿੱਖਿਆ ਦੇ ਸਤਰ ਨੂੰ ਔਰ ਵਿਸ਼ੇਸ਼ ਤੌਰ ਤੇ ਜਿਹੜਾ ਰਿਜ਼ਲਟ ਹੈ ਉਹਨੂੰ ਕਿੱਦਾਂ ਵਧਾਇਆ ਜਾਣਾ ਔਰ ਰਿਜ਼ਲਟ ਕਿੱਦਾਂ ਅੱਛਾ ਰਹੇ ਉਸ ਨੂੰ ਲੈ ਕੇ ਵਿਸਥਾਰ ਪੂਰਵਕ ਚਰਚਾ ਹੋਈ ਹੈ। ਇਸ ਤੋਂ ਇਲਾਵਾ ਅਗਰ ਪ੍ਰਦੇਸ਼ ਦੀ ਗੱਲ ਕਰੀਏ ਤੇ ਜਿਹੜੇ ਸਟੇਟ ਦੇ ਵਿੱਚ ਖਸਤਾ ਹਾਲ ਦੇ ਵਿੱਚ ਸਕੂਲ ਦੀ ਬਿਲਡਿੰਗਸ ਨੇ ਉਹਨਾਂ ਨੂੰ ਸੁਧਾਰ ਕਰਨ ਦੇ ਮੁੱਦੇ ਤੇ ਇੱਥੇ ਚਰਚਾ ਹੋਈ ਹੈ, ਔਰ ਇਹ ਕਿਹਾ ਗਿਆ ਹੈ ਓਪੀ ਸੋਨੀ ਦੀ ਤਰਫੋਂ ਕਿ ਸਿੱਧੇ ਤੌਰ ਤੇ ਆਹ ਜਿਹੜੀ ਬਿਲਡਿੰਗਸ ਨੇ ਇਹਨਾਂ ਨੂੰ ਇਸ ਸਤਰ ਜਾਂ ਫਿਰ ਅਗਲੇ ਸੈਸ਼ਨ ਦੇ ਅੰਦਰ ਅੰਦਰ ਜਿਹੜਾ ਬਿਲਕੁਲ ਕੰਪਲੀਟ ਕਰਕੇ ਮੁਰੰਮਤ ਕਰਕੇ ਇਸ ਹਾਲਾਤ ਦੇ ਵਿੱਚ ਲਿਆ ਜਾਏ ਤਾਂ ਕਿ ਉੱਥੇ ਸਕੂਲ ਜਿਹੜੇ ਨੇ ਉਹ ਵਧੀਆ ਢੰਗ ਨਾਲ ਚੱਲ ਸਕਣ। ਇਸ ਤੋਂ ਇਲਾਵਾ ਕਿਹਾ ਜਾ ਰਿਹਾ ਕਿ 75% ਜੇ ਕਿਸੇ ਦਾ ਰਿਜ਼ਲਟ ਰਹਿੰਦਾ ਹੈ ਤਾਂ ਖਰਾਬ ਰਿਜ਼ਲਟ ਦੇ ਵਿੱਚ ਇਹਨੂੰ ਗਿਣਿਆ ਜਾਵੇਗਾ। ਬਿਲਕੁਲ, ਦੇਖੋ ਸਿੱਧੇ ਤੌਰ ਤੇ ਇਹ ਇੱਥੇ ਓਪੀ ਸੋਨੀ ਕਹਿੰਦੇ ਨਜ਼ਰ ਆਏ ਨੇ ਕਿ ਰਿਜ਼ਲਟ ਨੂੰ ਲੈ ਕੇ ਜਿਹੜੀ ਹੈ ਵਿਸ਼ੇਸ਼ ਤੌਰ ਤੇ ਚਰਚਾ ਹੋਈ ਹੈ, ਔਰ ਜਿਹੜੇ ਕਹਿ ਸਕਦੇ ਹਾਂ ਟੀਚਰ ਹੈ ਜਾਂ ਜਿਹੜੇ ਪ੍ਰਿੰਸੀਪਲ ਹੈ ਜਾਂ ਫਿਰ ਜਿਹੜੇ ਡੀਓਜ਼ ਨੇ ਉਹਨਾਂ ਦਾ ਅਗਰ ਰਿਜ਼ਲਟ ਖਰਾਬ ਆਏਗਾ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਹੋਏਗੀ, ਔਰ ਸਿੱਧੇ ਤੌਰ ਤੇ 75% ਤੋਂ ਘੱਟ ਅਗਰ ਕਿਸੇ ਦਾ ਰਿਜ਼ਲਟ ਆਉਂਦਾ ਹੈ ਤੇ ਉਹਦੇ ਖਿਲਾਫ ਕਾਰਵਾਈ ਹੋਏਗੀ। ਇਸ ਤਰ੍ਹਾਂ ਦੀ ਗੱਲ ਜਿਹੜੇ ਓਪੀ ਸੋਨੀ ਖੁਦ ਕਹਿੰਦੇ ਨਜ਼ਰ ਆਏ, ਲੇਕਿਨ ਉਹਨਾਂ ਦਾ ਇਹ ਵੀ ਕਹਿਣਾ ਕਿ ਜਿਹਨਾਂ ਦਾ ਰਿਜ਼ਲਟ ਅੱਛਾ ਆਏਗਾ ਉਸ ਡੀਓਜ਼ ਨੂੰ ਉਸ ਪ੍ਰਿੰਸੀਪਲ ਨੂੰ ਉਸ ਟੀਚਰ ਨੂੰ ਜਿਹੜਾ ਸਨਮਾਨਿਤ ਕਰਨ ਦਾ ਕੰਮ ਵੀ ਸਿੱਖਿਆ ਵਿਭਾਗ ਜਿਹੜਾ ਕਰਦਾ ਨਜ਼ਰ ਆਏਗਾ। ਜਿਹੜੀ ਦੂਜੇ ਪਾਸੇ ਧੱਕੇਸ਼ਾਹੀ ਨੂੰ ਵੀ ਲੈ ਕੇ ਤੁਸੀਂ ਸਵਾਲ ਪੁੱਛਿਆ ਤਾਂ ਕੀ ਕੁਛ ਕਹਿਣਾ ਸੀ ਓਪੀ ਸੋਨੀ ਦਾ? ਦੇਖੋ, ਰਾਜਾ ਵੜਿੰਗ ਦੀ ਗੱਲ ਕਰੀਏ ਤੇ ਰਾਜਾ ਵੜਿੰਗ ਦਾ ਇੱਕ ਵਿਵਾਦਿਤ ਵੀਡੀਓ ਜਿਹੜਾ ਵਾਇਰਲ ਹੁੰਦਾ ਨਜ਼ਰ ਆ ਰਿਹਾ, ਇੱਕ ਵਿਵਾਦਿਤ ਬਿਆਨ ਜਿਹੜਾ ਉਹਨਾਂ ਦਾ ਵਾਇਰਲ ਹੋ ਰਿਹਾ ਸੀ, ਉਸ ਵਿਵਾਦ ਤੇ ਸਿੱਧੇ ਤੌਰ ਤੇ ਓਪੀ ਸੋਨੀ ਦਾ ਕਹਿਣਾ ਸੀ ਕਿ ਜਿੰਨੀਆਂ ਵੀ ਸਰਕਾਰਾਂ ਰਹੀਆਂ, ਜਿੰਨੀਆਂ ਵੀ ਸਰਕਾਰਾਂ ਹੁੰਦੀਆਂ, ਉਹ ਸਰਕਾਰਾਂ ਦੇ ਸਮੇਂ ਦੇ ਵਿੱਚ 3-4% ਜਿਹੜਾ ਕਹਿ ਸਕਦੇ ਧੱਕੇਸ਼ਾਹੀ ਹੈ ਉਹ ਚੱਲ ਜਾਂਦੀ ਹੈ, ਔਰ ਜਨਤਾ ਉਸਨੂੰ ਕਿਤੇ ਨਾ ਕਿਤੇ ਮੰਨ ਵੀ ਲੈਂਦੀ ਹੈ, ਲੇਕਿਨ ਉਸ ਤੋਂ ਜ਼ਿਆਦਾ ਜਿਹੜੀ ਧੱਕੇਸ਼ਾਹੀ ਹੈ ਉਸਨੂੰ ਐਕਸੈਪਟ ਨਹੀਂ ਕੀਤਾ ਜਾਂਦਾ, ਔਰ ਸਿੱਧੇ ਤੌਰ ਤੇ ਇਹ ਵੀ ਕਹਿੰਦੇ ਨਜ਼ਰ ਆਏ ਕਿ ਧੱਕੇਸ਼ਾਹੀ ਜਿਹੜੀ ਹੈ ਉਹ ਨਹੀਂ ਹੋਣੀ ਚਾਹੀਦੀ ਜਿੱਦਾਂ ਦੀ ਧੱਕੇਸ਼ਾਹੀ ਹੋ ਰਹੀ ਹੈ। ਸਿੱਧੇ ਤੌਰ ਤੇ ਉਹਨਾਂ ਨੇ ਰਾਜਾ ਵੜਿੰਗ ਦੇ ਬਿਆਨ ਤੇ ਵੀ ਇਤਰਾਜ਼ ਜਤਾਇਆ, ਔਰ ਉਹਨਾਂ ਦਾ ਕਹਿਣਾ ਕਿ ਜਿਹੜੀ ਚੀਜ਼ ਗਲਤ ਬੋਲੀ ਗਈ ਹੈ ਉਸ ਨੂੰ ਗਲਤ ਹੀ ਆਖਿਆ ਜਾਂਦਾ ਹੈ, ਉਸ ਨੂੰ ਸਹੀ ਨਹੀਂ ਆਖਿਆ ਜਾ ਸਕਦਾ। ਜੀ ਵਿਨੀਤ, ਆਖਰੀ ਸਵਾਲ ਤੁਹਾਡੇ ਤੋਂ, ਹੁਣ ਕਿਹਾ ਜਾ ਰਿਹਾ ਕਿ ਜਿਨ੍ਹਾਂ ਦਾ ਰਿਜ਼ਲਟ ਚੰਗਾ ਹੋਵੇਗਾ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ, ਤੇ ਜਿਨ੍ਹਾਂ ਦਾ ਜੇ ਖਰਾਬ ਵੀ ਹੁੰਦਾ ਹੈ ਤੇ ਕਾਰਵਾਈ ਦੀ ਵੀ ਗੱਲ ਕਹੀ ਜਾ ਰਹੀ ਹੈ, ਤੁਹਾਨੂੰ ਲੱਗਦਾ ਇਹਨਾਂ ਚੀਜ਼ਾਂ ਤੋਂ ਬਾਅਦ ਇਹ ਫਰਮਾਨ ਤੋਂ ਬਾਅਦ ਜਿਹੜੀ ਗੁਣਵੱਤਾ ਉਹ ਵਧੂਗੀ?
ਬਿਲਕੁਲ ਦੇਖੋ, ਰਿਜ਼ਲਟ ਦੀ ਜਿਹੜੀ ਗੁਣਵੱਤਾ ਹੈ ਉਹ ਇਸ ਤਰ੍ਹਾਂ ਦੀ ਬੈਠਕਾਂ ਤੋਂ ਬਾਅਦ ਜਿਹੜੇ ਫੈਸਲੇ ਲਿੱਤੇ ਜਾਂਦੇ ਆ ਉਸਦੇ ਹਿਸਾਬ ਨਾਲ ਗੁਣਵੱਤਾ 'ਚ ਸੁਧਾਰ ਹੁੰਦਾ ਵੀ ਨਜ਼ਰ ਆਉਂਦਾ, ਕਿਉਂਕਿ ਜਦ ਟੀਚਰ 'ਤੇ ਪ੍ਰੈਸ਼ਰ ਹੋਏਗਾ ਕਿ ਅਗਰ ਉਹ ਅੱਛਾ ਰਿਜ਼ਲਟ ਨਹੀਂ ਦੇ ਰਿਹਾ ਜਾਂ ਫਿਰ ਪ੍ਰਿੰਸੀਪਲ 'ਤੇ ਦਬਾਵ ਰਹੇਗਾ ਜਾਂ ਡੀਓਜ਼ 'ਤੇ ਦਬਾਵ ਰਹੇਗਾ, ਅਤੇ ਉਸ ਤੋਂ ਬਾਅਦ ਉਹ ਖੁਦ ਵੀ ਜਿਹੜਾ ਸਿੱਖਿਆ ਦਾ ਸਤਰ ਹੈ ਉਸਨੂੰ ਉੱਨਤ ਕਰਨ ਲਈ, ਉਹਨੂੰ ਵਿਕਸਿਤ ਕਰਨ ਲਈ ਔਰ ਬੱਚਿਆਂ ਨੂੰ ਪ੍ਰੋਪਰ ਸ਼ਿਕਸ਼ਾ ਪ੍ਰਦਾਨ ਕਰਾਉਣ ਲਈ ਖੁਦ ਵੀ ਸੰਜੀਦਾ ਹੁੰਦੇ ਨਜ਼ਰ ਆਉਂਦੇ ਨੇ, ਕਿਉਂਕਿ ਇੱਥੇ ਕਾਰਵਾਈ ਦੀ ਗੱਲ ਓਪੀ ਸੋਨੀ ਕਹਿੰਦੇ ਨਜ਼ਰ ਆਏ ਨੇ। ਔਰ ਜਿੱਦਾਂ ਦੀ ਗੱਲ ਓਪੀ ਸੋਨੀ ਦੀ ਗੱਲ ਕਰੀਏ ਕਿ ਜੋ ਬਿਆਨ ਉਹ ਦਿੰਦੇ ਨੇ ਗਰਾਊਂਡ ਲੈਵਲ ਤੇ ਵੀ ਉਸਨੂੰ ਇੰਪਲੀਮੈਂਟ ਕਰਦੇ ਨਜ਼ਰ ਆਉਂਦੇ, ਯਾਨੀ ਸਿੱਧੇ ਤੌਰ ਤੇ ਹੁਣ ਪ੍ਰੈਸ਼ਰ ਰਹੇਗਾ ਡੀਓਜ਼ ਤੇ ਵੀ ਔਰ ਪ੍ਰਿੰਸੀਪਲ ਤੇ ਵੀ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਕੂਲ ਨੇ ਜਿਹੜੇ ਸਿੱਧੇ ਤੌਰ ਤੇ ਕਹੀਏ ਜਿਹੜੇ ਸਰਕਾਰੀ ਸਕੂਲ ਨੇ ਉਹਨਾਂ 'ਚ ਸ਼ਿਕਸ਼ਾ ਸਤਰ ਜਿਹੜਾ ਉਹ ਆਉਣ ਵਾਲੇ ਦਿਨਾਂ 'ਚ ਹੋਰ ਉੱਨਤ ਜਿਹੜਾ ਹੁੰਦਾ ਨਜ਼ਰ ਆਏਗਾ ਉਹਨਾਂ ਦੇ ਇਸ ਬਿਆਨ ਤੋਂ ਬਾਅਦ ਔਰ ਇਸ ਬੈਠਕ ਤੋਂ ਬਾਅਦ। ਪਰ ਇਨਫਰਾਸਟ੍ਰਕਚਰ ਨੂੰ ਲੈ ਕੇ ਕੋਈ ਇੱਥੇ ਗੱਲਬਾਤ? ਬਿਲਕੁਲ, ਇਨਫਰਾਸਟ੍ਰਕਚਰ ਨੂੰ ਲੈ ਕੇ ਵੀ ਜਿਹੜੇ ਓਪੀ ਸੋਨੀ ਹੈ ਬਿਆਨ ਦਿੰਦੇ ਨਜ਼ਰ ਆਏ, ਉਹਨਾਂ ਕਹਿਣਾ ਹੈ ਕਿ ਇਨਫਰਾਸਟ੍ਰਕਚਰ ਨੂੰ ਹੋਰ ਜ਼ਿਆਦਾ ਇੰਪਰੂਵ ਕਰਨ ਨੂੰ ਲੈ ਕੇ, ਇਨਫਰਾਸਟ੍ਰਕਚਰ ਨੂੰ ਹੋਰ ਜ਼ਿਆਦਾ ਬਿਲਡ ਕਰਨ ਨੂੰ ਲੈ ਕੇ ਵੀ ਜਿਹੜਾ ਸਿੱਖਿਆ ਵਿਭਾਗ ਹੈ ਉਹ ਜਲਦ ਕਦਮ ਚੁੱਕਣ ਵਾਲਾ, ਔਰ ਇਸ ਬੈਠਕ ਦੇ ਵਿੱਚ ਇਨਫਰਾਸਟ੍ਰਕਚਰ ਨੂੰ ਲੈ ਕੇ ਵੀ ਚਰਚਾ ਹੋਈ ਹੈ। ਇਸ ਤੋਂ ਇਲਾਵਾ ਜਿਹੜੇ ਬੋਰਡਰ ਏਰੀਆਜ਼ ਨੇ ਉਹਨਾਂ ਵਿੱਚ ਜਿਹੜੀ ਟੀਚਰਾਂ ਦੀ ਘਾਟ ਸੀ ਉਸ ਘਾਟ ਨੂੰ ਪੂਰਾ ਕਰਨ ਨੂੰ ਲੈ ਕੇ ਵੀ ਬੈਠਕ ਹੋਈ ਹੈ, ਔਰ ਓਪੀ ਸੋਨੀ ਇਹ ਵੀ ਕਹਿੰਦੇ ਨਜ਼ਰ ਆਏ ਕਿ ਜਲਦ ਹੋਰ ਟੀਚਰਾਂ ਦੀ ਭਰਤੀ ਵੀ ਸਿੱਖਿਆ ਵਿਭਾਗ ਕਰਦਾ ਨਜ਼ਰ ਆਏਗਾ, ਤਾਂ ਕਿ ਪ੍ਰਦੇਸ਼ ਦੇ ਕਿਸੇ ਵੀ ਸਕੂਲ ਦੇ ਵਿੱਚ ਕਿਸੇ ਵੀ ਸਬਜੈਕਟ ਦਾ ਜਿਹੜਾ ਟੀਚਰ ਹੈ ਉਹਦੀ ਘਾਟ ਨਾ ਹੋਏ। ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਵਿਨੀਤ ਕਪੂਰ ਸਾਡੇ ਪੱਤਰਕਾਰ ਸਾਨੂੰ ਜਾਣਕਾਰੀ ਦੇ ਰਹੇ ਸੀ ਫਿਲਹਾਲ, ਤੇ ਮੀਟਿੰਗ ਜਿਹੜੀ ਹੈ ਸਿਰੇ ਚੜ੍ਹੀ ਹੈ ਤੇ ਵੱਡੇ ਕਦਮ ਆਉਣ ਵਾਲੇ ਸਮੇਂ 'ਚ ਹੁਣ ਚੁੱਕੇ ਜਾਣਗੇ।